ਦਾ ਹੀ ਆਸਰਾ ਅੱਜ ਦਾ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਹਿੰਸਾ ਦੀ ਪ੍ਰੇਰਨਾ ਸਦਕਾ ਅੱਜ ਜੋ ਫੂਡ ਬੈਂਕ ਬਣਾਇਆ ਗਿਆ ਹੈ ਡੇਰੇ ਵੱਲੋਂ ਉਸ ਦੇ ਤਹਿਤ ਹੀ ਅੱਜ ਜੋ ਇਸ ਬਿਰਧ ਆਸ਼ਰਮ ਦੇ ਵਿੱਚ ਫੂਡ ਵੰਡਿਆ ਗਿਆ ਹੈ ਗਰੀਬ ਪਰਿਵਾਰਾਂ ਨੂੰ ਇਸੇ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੇ ਲਈ ਕੱਪੜੇ ਵੰਡਣੇ ਤਾਂ ਇਸ ਤਰ੍ਹਾਂ ਦੇ ਜੋ 135 ਮਾਨਵਤਾ ਭਲਾਈ ਦੇ ਕਾਰਜ ਨੇ ਜੋ ਡੇਰਾ ਸੱਚਾ ਸੌਦਾ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਨੇ ਤਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਅੱਗੇ ਤੋਂ ਵੀ ਅਸੀਂ ਇਹ ਜੋ ਕਾਰਜ ਹੈ ਕਰਦੇ ਰਹਾਂਗੇ ਕਿਉਂਕਿ ਇਹ ਜੋ ਮਹੀਨਾ ਚੱਲ ਰਿਹਾ ਪਰਮ ਪਿਤਾ ਸ਼ਸਤ ਨਾਮ ਜੀ ਮਹਾਰਾਜ ਜਿਹਨੇ ਇਸ ਮਹੀਨੇ ਦੇ ਵਿੱਚ ਚੋਲਾ ਬਦਲਿਆ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਜੋ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਦੀ ਪ੍ਰੇਰਨਾ 'ਤੇ ਚੱਲਦੇ ਹੋਏ ਤਾਂ ਇਹ ਅੱਗੇ ਤੋਂ ਵੀ ਵੱਧ ਚੜ੍ਹ ਕੇ ਸਾਧ ਸੰਗਤ ਸਾਰੀ ਹੀ ਕਰਦੀ ਰਹੇਗੀ।